ਕਾਰ ਸਵਾਰ ਲੁਟੇਰਿਆਂ ਦੇ ਵੱਲੋਂ ਇੱਕ ਪੈਟਰੋਲ ਪੰਪ ਤੇ ਲੁੱਟ ਕੀਤੀ ਗਈ। ਦੱਸ ਦਈਏ ਕਿ ਲੁੱਟ ਮੌਕੇ ਇਹਨਾਂ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਦੇ ਮਾਲਕ ਦੇ ਗੋਲੀ ਮਾਰੀ ਗਈ। ਤਰਨ ਤਾਰਨ ਦੇ ਪਿੰਡ ਕੱਦਗਿੱਲ ਦੇ ਨੇੜੇ ਇਹ ਵਾਰਦਾਤ ਹੋਈ, ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਇਹ ਉਹੀ ਪੈਟਰੋਲ ਪੰਪ ਹੈ ਜਿੱਥੇ 5 ਕਾਰ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਿਸਤੌਲ ਦੀ ਨੋਕ ਤੇ ਇਹਨਾਂ ਨੇ ਪੈਟਰੋਲ ਪੰਪ ਦੇ ਮਾਲਕ ਤੋਂ ਚਾਬੀਆਂ ਮੰਗੀਆਂ। ਜਦ ਉਸਨੇ ਨਹੀਂ ਦਿੱਤੀਆਂ ਤਾਂ ਇਹਨਾਂ ਨੇ ਪੈਟਰੋਲ ਪੰਪ ਦੇ ਮਾਲਕ ਦੇ ਪੱਟ ਦੇ ਵਿੱਚ ਗੋਲੀ ਮਾਰ ਦਿੱਤੀ। ਖੂਨ ਖਰਾਬਾ ਹੋਇਆ, ਉਸ ਤੋਂ ਬਾਅਦ ਦਫ਼ਤਰ ਦੇ ਵਿੱਚ ਰੱਖੀ ਸਾਰੀ ਪੇਮੈਂਟ ਲੈ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ 5 ਨੌਜਵਾਨ ਆਏ ਸੀ, ਜਿਨ੍ਹਾਂ ਨੇ ਪੈਟਰੋਲ ਪੰਪ 'ਤੇ ਚਿੱਟੇ ਦਿਨ ਲੁੱਟ ਕੀਤੀ। ਦੱਸ ਦਈਏ ਕਿ ਤੇਲ ਪਾਉਣ ਦੀ ਆੜ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ। ਜ਼ਖਮੀ ਪੰਪ ਦੇ ਮਾਲਕ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਰਨ ਤਾਰਨ ਦੇ ਪਿੰਡ ਕੱਦਗਿੱਲ ਨੇੜੇ ਇਹ ਵਾਰਦਾਤ ਹੋਈ। 5 ਨੌਜਵਾਨਾਂ ਦੇ ਵੱਲੋਂ ਪੈਟਰੋਲ ਪੰਪ ਦੇ ਮਾਲਕ ਦੇ ਗੋਲੀ ਮਾਰੀ ਗਈ। ਉਸ ਤੋਂ ਬਾਅਦ ਲੋਕ ਦੀਆਂ ਚਾਬੀਆਂ ਲੈ ਕੇ ਸਾਰੀ ਪੇਮੈਂਟ ਇੱਥੋਂ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ ਲੁਟੇਰਿਆਂ ਦੀ ਪੈੜ ਨੱਪਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਇਹਦੇ ਕੀ ਨਾਮ ਜਿਹੜਾ ਕਰਨ ਕਿਹੜੇ ਪੰਪ ਤੇ ਕੰਮ ਕਰਦਾ? ਨਹਿਰ ਵਾਲਿਆਂ ਦੇ। ਤੇ ਕੀ ਗੱਲ ਹੋਈ ਅੱਜ ਇੱਥੇ? ਇੱਥੇ ਦੁਰਘਟਨਾ ਹੋਈ, ਤੇਲ ਪਾਉਣ ਆਏ ਸੀ ਤੇ ਗੱਡੀ ਲੈ ਗਏ 5 ਆਦਮੀ ਸੀ। ਗੱਡੀ 'ਚ ਤੇਲ ਪਾਉਣ ਆਏ ਤੇ ਤੇਲ ਨਹੀਂ ਪਿਆ ਤੇ ਉਹਨਾਂ ਬਾਊ ਤੋਂ ਚਾਬੀ ਲੈ ਗਏ ਤੇ ਬਾਊ ਦੇ ਫਾਇਰ ਮਾਰ ਕੇ ਇੱਕ ਤੇ ਉਹ ਲੁੱਟ ਮਾਰ ਕਰਕੇ ਸਾਰੀ ਲੈ ਗਏ। ਹਾਂਜੀ ਹਾਂਜੀ। ਕਿਹੜੀ ਗੱਡੀ ਤੇ ਕਿੰਨੇ ਜਾਣੇ? ਗੱਡੀ ਵਾਈਟ ਰੰਗ ਦੀ ਇਹਨਾਂ ਨੇ ਪਾ ਕਿਹੜੀ ਸੀ? ਤੇਲ ਪਾਉਣ ਦੇ ਏਦਾਂ ਹੀ ਮੋਟਰ ਵਿੱਚ ਤੇ ਉਧਰੋਂ 5 ਜਾਣੇ ਆਏ ਆ ਤੇ ਉਹਨਾਂ ਆਉਂਦੇ ਹੀ ਬਸ ਇੱਧਰ ਨੂੰ ਸਿੱਧਾ ਨੂੰ ਕਹਿੰਦੇ ਤੇਲ ਪਾਓ, ਗੰਦੀਆਂ ਗਾਲਾਂ ਬੋਲਦੇ ਪਏ ਤੇ ਸਿੱਧਾ ਇੱਥੋਂ ਮੋਟਰ ਉਹ ਬੋਝ ਨਹੀਂ ਬੈਠੇ ਸੀ ਉਹਨਾਂ ਨੂੰ ਸਿੱਧੇ ਭੱਜੇ ਆਏ ਆ ਤੇ ਉਹਨਾਂ ਨੇ ਉਹ ਰਫਲ ਫੜੀ ਵੱਡੀ ਇੱਕ ਤੇ ਬਾਕੀ ਸਾਰਿਆਂ ਨੇ ਪਿਸਟਲ ਹੀ ਨਾ ਛੋਟੇ ਉਹ ਮੁੰਡੇ ਨੇ ਵੀ ਵੇਖਿਆ ਤੇ ਉਹ ਛੋਟੇ ਸੰਦ ਫੜੇ ਸੀ ਉਹਨਾਂ ਨੇ ਤੇ ਅਸੀਂ ਤੇ ਡਰਦੇ ਮੈਂ ਉੱਧਰ ਨੂੰ ਪਰੇ ਨੂੰ ਹੋ ਗਿਆ ਤੇ ਮੈਂ ਹੋਰ ਮਾਰ ਨਾ ਦੇਣ ਤੇ ਉਹ ਦੂਜਾ ਮੁੰਡਾ ਵੀ ਇੱਧਰ ਨੂੰ ਗਿਆ ਬੋਈ ਇੱਥੇ ਬੈਠੇ ਸਾਨੂੰ ਕਹੇ ਗਾਲਾਂ ਕੱਢੀਆਂ ਤੇਲ ਪਾਓ। ਕੀ ਮਾਮਲਾ ਹੋਇਆ ਇੱਥੇ ਐਸ਼ਰ ਪੰਪ ਤੇ? ਕੀ ਸਾਰੀ ਘਟਨਾ? ਇੱਥੇ ਕਰੀਬ ਸਿਰਫ ਵੀਡੀਓ ਰੰਗ ਚਿੱਟੇ ਤੇ ਜਿਹੜੇ 5 ਕਰੀਬ ਨੌਜਵਾਨ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਲੁੱਟਣਾ ਸ਼ੁਰੂ ਕਰਤਾ। ਮਤਲਬ ਜਿਹੜਾ ਸ਼ਾਮ ਲਾਲ ਮਾਲਕ ਹੈ ਉਹਨੂੰ ਉਹਨਾਂ ਨੇ ਲੋਕ ਦੀਆਂ ਚਾਬੀਆਂ ਮੰਗੀਆਂ ਜਿਹਦੇ ਕੋਲ ਉਹਨੂੰ ਥੋੜ੍ਹਾ ਜਿਹਾ ਦੇਣ ਤੋਂ ਇਨਕਾਰ ਕੀਤਾ, ਜਿਸ 'ਤੇ ਉਹਨਾਂ ਨੇ ਉਹਦੇ ਪੱਟ ਵਿੱਚ ਗੋਲੀ ਮਾਰੀ ਹੈ ਅਤੇ ਉਸ ਤੋਂ ਬਾਅਦ ਚਾਬੀਆਂ ਖੋਹ ਕੇ ਜਿਹੜੀ ਆ ਕੁਛ ਜਿਹੜੀ ਇੱਥੇ ਇਹਨਾਂ ਤੋਂ ਪੇਮੈਂਟ ਹੈ ਉਹ ਖੋਹ ਕੇ ਲੈ ਗਏ। ਕਿੰਨੀ ਕੁ ਪੇਮੈਂਟ ਲੁੱਟੀ ਗਈ ਹੁੰਦਾ ਪਤਾ ਚੱਲਿਆ ਕੋਈ ਇਨਵੈਸਟੀਗੇਸ਼ਨ? ਇਹਦੇ ਤੱਕ ਹਜੇ ਤੱਕ ਕੁਛ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਮਾਲਕ ਨੇ ਉਹ ਹਸਪੀਟਲ 'ਚ ਐਡਮਿਟ ਕੀਤੇ ਨੇ, ਉਹਨਾਂ ਦੇ ਆਉਣ 'ਤੇ ਹੀ ਪਤਾ ਲੱਗੂਗਾ ਵੀ ਕਿੰਨੀ ਹੋਈ ਹੈ। ਕਿਹੜੇ ਰੰਗ ਦੀ ਗੱਡੀ ਸੀ ਜਿਹ 'ਚ ਸਵਾਰ ਹੋ ਗਿਆ? ਇਹ ਵੀਡੀਆਈ ਰੰਗ ਚਿੱਟਾ ਸਵਿਫਟ ਗੱਡੀ ਸਵਿਫਟ। ਹਾਂ ਤੇ ਮੁੜ ਕੇ ਬਾਅਦ 'ਚ ਫਰਾਰ ਹੋ ਗਏ ਸਰ ਗੋਲੀਆਂ? ਹਾਂਜੀ ਹਾਂਜੀ। ਕਿੰਨੇ ਕੁ ਫਾਇਰ ਰਾਉਂਡ ਦੇ ਕੋਈ ਫਾਇਰ ਹੋਏ? ਇੱਕ ਫਾਇਰ ਹੋਇਆ। ਹਾਂਜੀ ਤੇ ਜਿਹੜੇ ਜਿਨ੍ਹਾਂ ਦੀ ਹਾਲ ਜਿਹਨਾਂ ਦੀ ਗੋਲੀ ਵੱਜੀ ਉਹਨਾਂ ਨੂੰ ਕਿੱਥੇ ਐਡਮਿਟ ਕਰਾਇਆ ਗਿਆ? ਉਹ ਤਰਨ ਤਰਨ ਲੱਗ ਗਏ ਜੀ। ਸੀ ਸੀ ਟੀਵੀ 'ਚ ਕੁਝ ਸਾਹਮਣੇ ਆਇਆ ਸੀ? ਚੈੱਕ ਕਰ ਰਹੇ ਹਾਂ।